ਪੰਜਾਬੀਆਂ ਨੂੰ ਥੋੜੀ ਰਾਹਤ ਵੀ ਦੇ ਦਿਓ ਪੰਜਾਬੀ ਜਿਹੜੇ ਨੇ ਉਹ ਆਪਣੇ ਬੈਗ ਪੈਕ ਕਰ ਲੈਣ ਕੈਨੇਡਾ ਆਉਣ ਲਈ ਕੈਨੇਡਾ ਸਰਕਾਰ ਬੁਲਾ ਲੇਗੀ ਉਹਨਾਂ ਨੂੰ ਜਲਦੀ ਹਾਂਜੀ ਦੇਖੋ ਜਿਹੜੇ ਪੰਜਾਬੀਆਂ ਨੂੰ ਆਲਵੇਜ਼ ਆਜ਼ਾਦੀ ਸਾਡੀ ਸਰਕਾਰ ਨੇ ਬੜੀ ਖੋਲ ਦਿੱਤੀ ਆ ਆਈ ਥਿੰਕ ਪੰਜਾਬੀ ਇਮੀਗ੍ਰੇਸ਼ਨ ਰੈਕਡ ਨੰਬਰ ਤੇ ਆ ਔਰ ਐਵਰੀ ਮੰਥ ਐਵਰੀ ਸਾਲ ਪਿਛਲੇ ਸਾਲ ਤੋਂ ਰੈਕਡ ਹੁੰਦਾ ਸੋ ਕੋਈ ਫਰਕ ਨਹੀਂ ਪਰ ਇਹ ਮੈਂ ਜ਼ਰੂਰ ਕਹਿਣਾ ਕਿ ਆਪਣੇ ਪੇਪਰ ਵਰਕ ਕਰੋ ਇਸ ਪ੍ਰੋਪਰਲੀ ਕਰੋ ਫਰਾਡ ਨਾ ਕਰੋ ਦੂਸਰੀ ਗੱਲ ਗਲਤ ਕਲੇਮ ਨਾ ਕਰੋ ਜਦੋਂ ਤੁਸੀਂ ਇੱਕ ਜਣਾ ਵਿਅਕਤੀ ਗਲਤ ਵੀ ਕਰਦਾ ਫੋਰ ਐਗਜ਼ਾਮਪਲ ਜੇ ਉਹ ਨਹੀਂ ਰੈਫਿਊਜੀ ਤਾਂ ਰੈਫਿਊਜੀ ਕਲੇਮ ਕਰਦਾ ਉਹ ਬਾਕੀਆਂ ਲਈ ਨੁਕਸਾਨ ਕਰ ਰਿਹਾ ਕਿਉਂਕਿ ਜਦੋਂ ਉਹ ਚੰਡੀਗੜ੍ਹ ਜਾਂ ਦਿੱਲੀ ਵੀਜ਼ਾ ਆਫਿਸ ਤੋਂ ਜ਼ਿਆਦਾ ਕਲੇਮ ਆਉਣ ਲੱਗ ਪੈਂਦੇ ਆ ਫਿਰ ਉਹ ਸਾਰਿਆਂ 'ਤੇ ਸਖਤੀ ਕਰ ਦਿੰਦੇ ਪ੍ਰੋਪਰ ਚੈਨਲ ਬਹੁਤ ਹੈਗੇ ਕੈਨੇਡਾ ਦੇ ਵਿੱਚ ਅਸੀਂ ਬੜੀ ਓਪਨ ਕੀਤਾ ਕਿ ਤੁਸੀਂ ਵਿਜ਼ਿਟਰ ਵੀ ਜੇ ਆਏ ਆ ਤੁਹਾਨੂੰ ਮੋਹਰੇ ਕੋਲ ਨੌਕਰੀ ਮਿਲਦੀ ਆ ਤੁਸੀਂ ਵਰਕ ਪਰਮਿਟ ਲਾਓ ਲੀਗਲੀ ਤੁਸੀਂ ਸਵਿਚ ਕਰਕੇ ਆਪਣਾ ਵੀਜ਼ਾ ਕਰ ਸਕਦੇ ਆ ਦੂਸਰੇ ਤਰੀਕੇ ਨਾਲ ਨਾ ਕਰੋ ਇੱਕ ਦੂਸਰੀ ਆਸ ਹੈਗੀ ਕਿ ਆਲਵੇਜ਼ ਵਿਦ ਸਟੈਟਸ ਰਹੋ ਜੇ ਤੁਹਾਡਾ ਸਟੈਟਸ ਫੋਰ ਸਮ ਰੀਜ਼ਨ ਮੁੱਕ ਗਿਆ ਤੁਹਾਨੂੰ ਵਰਕ ਪਰਮਿਟ ਨਹੀਂ ਵਾਪਸ ਚਲ ਜਾਓ ਮੁੜ ਕੇ ਤੁਹਾਡਾ ਵੀਜ਼ਾ ਜੇ ਗੱਲ ਮੁੜ ਕੇ ਆ ਜਾਓ ਜਦੋਂ ਤੁਸੀਂ ਆਊਟ ਆਫ ਸਟੈਟਸ ਹੋ ਜਾਂਦੇ ਤੁਹਾਡੀ ਫਾਈਲ ਬਿਲਕੁਲ ਖਰਾਬ ਹੋ ਜਾਂਦੀ ਹੈ ਉਹਨੂੰ ਫਿਕਸ ਕਰਨਾ ਬਹੁਤ ਔਖਾ ਫਿਰ ਸਾਡੇ ਕੋਲ ਆਉਂਦੇ ਸਾਡੇ ਕੋਲ ਵੀ ਉਹ ਫਿਕਸ ਕਰਨੀ ਬੜੀ ਮੁਸ਼ਕਲ ਦੀ ਗੱਲ ਹੁੰਦੀ ਹੈ ਸੋ ਵਿਦ ਇਨ ਸਟੈਟਸ ਫਿਰ ਐਮ ਪੀ ਐਮ ਐਲ ਏ ਨਾਲ ਰਿਸ਼ਤੇਦਾਰੀ ਵੀ ਕੰਮ ਨਹੀਂ ਆਉਂਦੀ ਹਾਂਜੀ ਸੋ ਤੁਸੀਂ ਰੂਲਸ ਦੇ ਨਾਲ ਰਹੋ ਰੂਲਸ ਦੇ ਵਿੱਚ ਬਹੁਤ ਓਪਨ ਦਿੱਤਾ ਪਰ ਆਪਣੇ ਟਾਈਮ ਲਾਈਨ ਧਿਆਨ ਰੱਖੋ ਇਹ ਨਾ ਭੁੱਲੋ ਕਿ ਡੈਡ ਲਾਈਨ ਕਦੋਂ ਵੀਜ਼ਾ ਕਦੋਂ ਤੁਹਾਡਾ ਐਕਸਪਾਇਰ ਹੋ ਰਿਹਾ ਸਹੀ ਪ੍ਰਕਿਰਿਆ ਦੇ ਵਿੱਚ ਹੋ ਗੁਜ਼ਰੋ ਬਹੁਤ ਵਧੀਆ ਔਰ ਸੈਕਿੰਡ ਓਪੀਨੀਅਨ ਲੈ ਲਿਆ ਕਰੋ ਆਪਣੇ ਬੱਚੇ ਬੜੇ ਪੜ੍ਹੇ ਲਿਖੇ ਆ ਸੈਕਿੰਡ ਹੈਂਡ ਇਨਫੋਰਮੇਸ਼ਨ ਆਪ ਗੂਗਲ ਕਰਕੇ ਹਰ ਇੱਕ ਚੀਜ਼ ਤੁਹਾਨੂੰ ਮਿੰਟ ਦੇ ਵਿੱਚ ਆ ਜਾਂਦੀ ਹੈ ਤੁਹਾਡੇ ਮੂਹਰੇ ਉਹ ਚੈੱਕ ਕਰ ਲਿਆ ਕਰੋ ਗਵਰਨਮੈਂਟ ਦੇ ਨਾਲ ਵੇ ਵਾਕਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।